ਪਿਛਲੀ ਖਬਰ ਨਾਲ ਜੁੜੇ ਕਈ ਹੈਗੇ ਨੇ ਕਮੈਂਟ ਜੀ ਇਧਰੋਂ ਕੁਲਵੰਤ ਜੀ ਆ ਕਹਿੰਦੇ ਬੱਚਿਆਂ ਨੂੰ ਪਹਿਲਾਂ ਘਰਦਿਆਂ ਨਾਲ ਗੱਲ ਕਰਨੀ ਚਾਹੀਦੀ ਸੀ ਕਿ ਸਾਨੂੰ ਪੰਜਾਬੀ ਨਹੀਂ ਪੜਾਈ ਜਾਂਦੀ ਕਿਉਂਕਿ ਜ਼ਿਆਦਾਤਰ ਬੱਚੇ ਇਧਰ ਪਿੰਡਾਂ ਦੇ ਹੀ ਆ ਕਹਿੰਦੇ ਕਿ ਇਧਰੋਂ ਹੁਣ ਅੱਗੇ ਆ ਉੱਥੇ ਇੱਕ ਸਮੱਸਿਆ ਹੋਰ ਵੀ ਆ ਉੱਧਰ ਵੀ ਥੋੜੀ ਵੇਖਣਾ ਪਵੇਗਾ ਕਿ ਉੱਥੇ ਕੁਝ ਸ਼ਾਇਦ ਪਤਾ ਨਹੀਂ ਇੱਕ ਇੱਕ ਤੋਂ ਵੱਧ ਆ ਕਿ ਟੀਚਰਾਂ ਦੀ ਬਦਲੀ ਦਾ ਵੀ ਰੋਲਾ ਹੈ ਹਾਂਜੀ ਸਟਾਫ ਦਾ ਵੀ ਹੈ ਸ਼ਹਿਰ ਪ੍ਰਿੰਸੀਪਲ ਦਾ ਆਪਾਂ ਦਾ ਵੀ ਹੈ ਤੇ ਆਪਾਂ ਕਈ ਥਾਈਂ ਦੇਖਿਆ ਕਿ ਇਹ ਚੀਜ਼ ਜਿਹੜੀ ਆ ਨਾ ਧੜੇਬੰਦੀ ਚ ਵੀ ਮਤਲਬ ਕਿ ਜਾਂਦੀ ਆਗਾ ਹਾਲਾਂਕਿ ਮੈਂ ਤਾਂ ਚਲੋ ਇਹ ਆ ਕਿ ਜੋ ਵੀ ਗਾਈਡਲਾਈਨਸ ਨੇ ਉਹਨਾਂ ਦਾ ਪ੍ਰੋਪਰ ਪਾਲਣ ਹੋਣਾ ਚਾਹੀਦਾ ਕੱਲੀ ਪੰਜਾਬੀ ਦੀ ਨਹੀਂ ਮੈਂ ਕਹਿੰਨਾ ਕਿ ਸਾਊਥ ਦੇ ਵਿੱਚ ਚਾਹੇ ਤਮਲ ਆ ਮਲਿਆਲੀ ਹੈ ਚਾਹੇ ਕੰਨੜਾ ਹੈ ਉਹਨਾਂ ਨੂੰ ਵੀ ਓਨੀ ਤਰਜੀਹ ਮਿਲਣੀ ਚਾਹੀਦੀ ਆ ਜੀ ਠੀਕ ਹੈ ਨਾ ਜੀ ਬੋਜਪੂਰੀ ਆ ਤਾਂ ਉਹਨਾਂ ਨੂੰ ਵੀ ਓਨੀ ਤਰਜੀਹ ਮਿਲਣੀ ਚਾਹੀਦੀ ਆ ਉਹ ਸਾਰੇ ਪਾਸੇ ਹੀ ਆ ਇੱਕੋ ਪੈਮਾਨਾ ਰੱਖਣਾ ਪਊਗਾ ਨਾ ਪਰ ਗੱਲ ਇਹ ਆ ਕਿ ਇਹ ਇਹ ਕਈ ਚੀਜ਼ਾਂ ਹੁੰਦੀਆਂ ਨੇ ਕਈ ਵਾਰ ਆਪਾਂ ਥੋੜਾ ਜਿਹਾ ਜ਼ਸਬਾਤੀ ਹੋ ਕੇ ਸੋਚਦੇ ਆਂ ਇਹ ਜਾਂਚ ਪੜਤਾਲ ਦਾ ਵਿਸ਼ਾ ਹੈ ਪਰ ਕੁਝ ਘਟਨਾਵਾਂ ਪਹਿਲਾਂ ਵਾਪਰ ਚੁੱਕੀਆਂ ਨੇ ਪੰਜਾਬ 'ਚ ਉਹ ਵੀ ਇਸੇ ਕਰਕੇ ਅਸੀਂ ਕੋਰਟ ਕੀਤੀਆਂ ਜਿੰਨੀਆਂ ਕੋਈ ਯਾਦ ਸਨ ਕਿ ਇਹੋ ਜਿਹਾ ਵਾਪਰਿਆ ਵੀ ਆਗੇ ਤੇ ਨੌਬਤਾਂ ਨਹੀਂ ਆਉਣੀਆਂ ਚਾਹੀਦੀਆਂ ਕਿਉਂਕਿ ਸਾਡੀ ਸਰਕਾਰ ਕੀ ਹੈ ਕਿ ਇੱਕ ਵੇਲੇ ਬਸ ਇੱਕ ਘਟਨਾ ਨੂੰ ਵੇਖ ਕੇ ਉਹ ਉਦੋਂ ਡੰਗ ਟਪਾਉ ਜਾਂ ਕੰਮ ਕਰ ਲੈਂਦੇ ਆ ਉਹਦਾ ਹੁਣ ਪੱਕਾ ਹੱਲ ਕੀ ਹੋਵੇ ਉਹਦੇ ਬਾਰੇ ਸੋਚਿਆ ਹੀ ਨਹੀਂ ਜਾਂਦਾ ਹੱਲ ਫਿਰ ਹੋਣਾ ਹੀ ਕੀ ਆ ਕਹਿੰਦੇ ਇੱਕ ਵਾਰਸ ਟਾਈਮ ਟਪਾ ਲੋ ਇੱਕ ਵਾਰੀ ਹੁਣ ਇਹ ਬਾਕੀ ਲਖੇ ਸਿਧਾਨੇ ਦਾ ਕੀ ਮਾਮਲਾ ਬਣਦਾ ਹੈ ਮੇਰੀ ਗੱਲ ਹੋਈ ਸੀਗੀ ਇੱਕ ਦੋ ਬੰਦਿਆਂ ਨਾਲ ਹਾਲਾਂਕਿ ਕੋਈ ਸਿੱਧਾ ਤੇ ਦੱਸਦਾ ਨਹੀਂ ਹੈ ਇਹੋ ਆ ਕਿ ਪਰਮਿੰਦਰ ਝੋਟਾ ਵਾਕਿਆ ਹੀ ਹਿਰਾਸਤ ਤੋਂ ਬਾਹਰ ਹੈ ਤੇ ਲਖਾ ਸਿਧਾਨਾ ਹਾਲ ਦੀ ਘੜੀ ਇਹ ਵੀ ਨਹੀਂ ਪਤਾ ਲੱਗਾ ਕਿ ਕਿਸ ਥਾਣੇ ਚ ਰੱਖਿਆ ਮੈਂ ਕੋਸ਼ਿਸ਼ ਕੀਤੀ ਸੀਗੀ ਕਿਉਂਕਿ ਆਪਾਂ ਨੂੰ ਪਤਾ ਨਾ ਕਈ ਵਾਰ ਲੋਕਲ ਥਾਣੇ 'ਚ ਬੰਦਾ ਇਸ ਤਰ੍ਹਾਂ ਦਾ ਬੰਦ ਨਹੀਂ ਕੀਤਾ ਜਾਂਦਾ ਕਿ ਸਮਰਥਕ ਨਾ ਆ ਜਾਣ। ਹੋ ਸਕਦਾ ਬਠਿੰਡੇ ਜਾਂ ਲਾਗਲੇ ਕਿਸੇ ਹੋਰ ਜ਼ਿਲ੍ਹੇ 'ਚ ਵੀ ਮਦਦ ਦਿੱਤਾ ਜਾਏ ਪਰ ਸ਼ਾਮ ਤੱਕ ਸਪਸ਼ਟ ਹੋਏਗਾ ਕਿ ਕੀ ਕੇਸ ਰਜਿਸਟਰਡ ਹੋਇਆ ਜਾਂ ਫਿਰ ਮਤਲਬ ਹਿਰਾਸਤ ਦੇ ਵਿੱਚ ਲੈ ਕੇ ਕਿ ਧਰਨਾ ਚੁੱਕਣ ਵਾਸਤੇ ਵੀ ਆਪਾਂ ਦੇਖਦੇ ਹਾਂ ਨਾ ਕਈ ਵਾਰ ਚੁਕਾਉਣ ਵਾਸਤੇ ਵੀ ਜਿਹੜਾ ਇਸ ਤਰ੍ਹਾਂ ਦਾ ਅਮਲਾ ਫੈਲਾ ਹੁੰਦਾ ਹੈ ਪ੍ਰਸ਼ਾਸਕੀ ਤੌਰ ਤੇ ਉਹ ਅਪਾ ਚੰਡੀਗੜ੍ਹ ਚ ਵੀ ਦੇਖਦੇ ਨਾ ਲੀਡਰ ਉਹ ਬਸ ਜੀ ਚ ਤਾੜ ਕੇ ਲੈ ਜਾਂਦੇ ਆ ਫਿਰ ਮੁੜ ਕੇ ਕਹਿੰਦੇ ਜਾਓ ਭੱਜੋ ਯਾਰ ਹਾਂ ਜੀ ਵੀਰ ਸਿੰਘ ਬਾਦਲ ਨੂੰ ਤਾਂ ਉਹ ਮਹੀਨੇ ਚ ਮੈਨ ਲੱਗਦਾ 6 ਮਹੀਨੇ ਚ ਇੱਕ ਦੋ ਵਾਰੀ ਥਾਣੇ ਲੈ ਹੀ ਜਾਂਦੇ ਨੇ ਜੀ ਫਿਰ ਉਹਨਾਂ ਨੂੰ ਕਹਿ ਦਿੰਦੇ ਕਿ ਜਾਓ ਤੁਸੀਂ ਬਾਦਲ ਪਿੰਡ ਰੂਮ ਚਲੇ ਜਾਓ ਮਗਾ ਲੋ ਗੱਡੀਆਂ ਉਹਦੇ ਕੋਈ ਭਾਈ ਹਾਂ ਜੀ ਤਾਂ ਇਸ ਤਰ੍ਹਾਂ ਵੀ ਹੋ ਜਾਂਦਾ ਨਾ ਕਈ ਵਾਰ ਲੀਡਰ ਨੂੰ ਲਿਆ ਜਾਂਦਾ ਹਿਰਾਸਤ ਦੇ ਵਿੱਚ ਫਿਰ ਸ਼ਾਮ ਨੂੰ ਛੱਡ ਦਿੱਤਾ ਜਾਂਦਾ ਕਿ ਜਾਓ ਬਈ ਹੁਣ ਘਰ ਨੂੰ ਚਲੇ ਜਾਓ ਜੀ 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 ਤਾਂ ਮਨੋਗ ਜੀ ਕੋਈ ਗੱਲ ਨਹੀਂ ਕਰਨੇ ਕਿ ਜਿਹਨੇ ਪੜਨਾ ਹੁੰਦਾ ਉਹ ਸਰਕਾਰੀ ਸਕੂਲਾਂ ਚ ਵੀ ਪੜਦਾ ਹੈ ਇਹਦਾ ਸਾਡੇ ਪਿੰਡ ਦੇ ਜਿੰਨੇ ਵੀ ਮੁਲਾਜ਼ਮ ਬਣੇ ਉਹ ਤੇ ਸਰਕਾਰੀ ਸਕੂਲਾਂ ਚੋਂ ਬਣੇ ਆ ਪਹਿਲਾਂ ਵੈਸੇ ਚਲੋ ਇਹ ਵੀ ਯਾਰ ਪਤਾ ਨਹੀਂ ਕਰ ਸਕਦੇ ਹਾਂਜੀ ਕਿਸ ਨੇ ਕਿੱਥੇ ਬੱਚਾ ਪੜਾਉਣਾ ਕਈ ਬੰਦਿਆਂ ਦਾ ਆਰਗੂਮੈਂਟ ਹੋਏਗਾ ਕਿ ਸਰਕਾਰੀ ਸਕੂਲ ਚ ਬੱਚਾ ਪੜਾਓ ਜੀ ਜੇ ਯਾਰ ਸਰਕਾਰੀ ਸਕੂਲ ਠੀਕ ਹੈ ਵਧੀਆ ਹੋਣੇ ਚਾਹੀਦੇ ਪਰ ਜੇ ਕਿਸੇ ਕੋਲ ਪੈਸੇ ਹੀ ਨਾ ਕਿ ਦੂਨ ਪੜਾਉਣਾ ਚਾਹੁੰਦਾ ਤੇ ਅਸੀਂ ਕਿਵੇਂ ਕਹਿ ਦੀਏ ਇਹ ਕੈਪਿੰਗ ਥੋੜਾ ਲਾ ਸਕਦੇ ਕਿ ਰੋਕ ਨਹੀਂ ਲੈ ਸਕਦੇ ਹਾਂਜੀ ਬਾਕੀ ਮੈਂ ਤੇ ਕਹਨਾ ਕਿ ਗਰੀਬ ਬੱਚਿਆਂ ਨੂੰ ਵੀ ਉਸ ਲੈਵਲ ਦੀ ਸਿੱਖਿਆ ਮਿਲਣੀ ਚਾਹੀਦੀ ਹੈ। ਉਹਨਾਂ ਦੇ ਕੋਲ ਵੀ ਉਹ ਸਕੋਪ ਹੋਣਾ ਚਾਹੀਦਾ ਕਿ ਉਹ ਵਿਗਿਆਨੀ ਬਣ ਦਾ ਜੇ ਦਮ ਰੱਖਦੇ ਉਹਨਾਂ ਚ ਕਾਬਲੀਅਤ ਹੈ ਤੇ ਉਹ ਵਿਗਿਆਨੀ ਬਣ ਸਕਣ। ਉਹਨਾਂ ਦੇ ਕੋਲ ਵੀ ਮੌਕੇ ਹੋਣੇ ਚਾਹੀਦੇ ਆ। ਜੀ। ਇਹ ਸਭ ਕਚਿਆ ਪਰ ਤੁਸੀਂ ਇਹ ਤੈਅ ਨਹੀਂ ਜਮੈਂ ਇਹ ਤੈਅ ਨਹੀਂ ਕਰ ਸਕਦਾ ਕਿ ਕਿਹਦਾ ਬੱਚਾ ਕਿਹੜੇ ਸਕੂਲ ਚ ਪੜੇਗਾ। ਚਾਹੇ ਉਹ ਆਰਐਸਐਸ ਦੇ ਸਕੂਲ ਚ ਪਾਵੇ। ਜਦ ਤੱਕ ਆਰਐਸਐਸ ਕੋਈ ਬੈਨ ਨਹੀਂ ਹੁੰਦੀ। ਚਾਹੇ ਉਹ ਸਾਈਆਂ ਦੇ ਸਕੂਲ ਚ ਪਾਵੇ। ਤੇ ਚਾਹੇ ਆਪਾਂ ਦੇਖਦੇ ਹਾਂ ਖਾਲਸਾ ਸੰਸਥਾਨ ਨੇ ਜਿਹੜੇ ਉਹਨਾਂ ਚ ਪਾਵੇ ਐਸਜੀਪੀਸੀ ਦੇ ਵਿਦਿਅਕ ਸੰਸਥਾਨਾਂ ਚ ਪਾਵੇ ਇਹ ਆਪਾਂ ਨਹੀਂ ਤੈਅ ਕਰ ਸਕਦੇ ਇਹ ਤੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਜਾਬਾਂ ਦਾ ਪੇੜ ਹੈ ਆਪਣਾ ਅਗਲੇ ਦੀ ਮਰਜ਼ੀ ਮਾਪਿਆਂ ਨੇ ਜਿੱਥੇ ਮਰਜ਼ੀ ਲਓ ਜਿੰਨਾ ਫੋਨ ਕਰ ਸਕੇ ਹੈਗੇ ਸੀ ਕਿ ਉਹਨਾਂ ਨੇ ਆਪਣੀ ਬੱਚੀ ਦਾ ਦਾਖਲਾ ਕਰਵਾਇਆ ਸੀਗਾ ਸਰਕਾਰੀ ਸਕੂਲ ਚ ਮੁਕਸਰ ਦੇ ਵੀ ਆਪਣੇ ਡੀਸੀ ਰੱਖ ਕੇ ਗਏ ਸੀ ਕੁਝ ਟਾਈਮ ਉਹਨਾਂ ਨੇ ਵੀ ਕਰਾਇਆ ਸੀ ਹਾਂਜੀ ਉਹ ਉਹਨਾਂ ਦੀ ਮਰਜ਼ੀ ਇੱਛਾ ਹੈ ਹਾਂਜੀ ਕੋਵਿਡ ਟਾਈਮ ਸੀ ਜੀ ਉਹਨਾਂ ਦੀ ਇੱਛਾ ਹੈ ਉੱਕਰਵਾ ਸਕਦੇ ਪਰ ਕਿਸੇ ਨੇ ਤਾਂ ਨਹੀਂ ਕਿਹਾ ਸਰਕਾਰ ਨੇ ਵੀ ਨਹੀਂ ਕਿਹਾ ਕਿ ਤੁਸੀਂ ਕਰੋ ਜਾਂ ਤਾਂ ਲਾਅ ਹੀ ਬਣ ਜਾਵੇ ਇਸ ਤਰ੍ਹਾਂ ਤਾਂ ਫਿਰ ਪ੍ਰਾਈਵੇਟ ਸਕੂਲਾਂ ਦਾ ਵਾਜਾ ਹੀ ਵਜਾਓ ਜੀ ਕੱਲੇ ਹੀ ਰਹਿਣ ਬਸ ਉੱਥੇ ਹੀ ਸਾਰੇ ਪੜ੍ਹਨ ਜੀ 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 ਹੁਣ ਮਸਲਾ ਮੇਲਾ ਦਾ ਇਹ ਖਾਸਾ ਲੰਮਕੀ ਜਾਏਗਾ ਰਜੀਵ ਜੀ ਕਰੇ ਜੀ ਦੂਜੇ ਸਟ੍ਰੀਟਾਂ ਦੇ ਆਈਪੀਐਸ ਤੇ ਆਏ ਅਫਸਰ ਹੁੰਦੇ ਨੇਗੇ ਉਹਨਾਂ ਨੂੰ ਪੰਜਾਬੀ ਨਹੀਂ ਬੋਲਣੀ ਨਹੀਂ ਵੀ ਪੰਜਾਬੀ ਤਾਂ ਬੋਲਦੇ ਹੋ ਪਰ ਉਹ ਗੱਲ ਵੱਖਰੀ ਹੈ ਕਿ ਉਹਨਾਂ ਦਾ ਸਟਾਈਲ ਜਾਂ ਉਹ ਉਸ ਤਰ੍ਹਾਂ ਦੇ ਫਲੋ ਚ ਨਹੀਂ ਬੋਲ ਸਕਦੇ ਸੈਂਟਰ ਕਾਡਰ ਦਾ ਅਧਿਕਾਰੀ ਕਿਤੇ ਵੀ ਲੱਗਦਾ ਜਾ ਕੇ ਓਰੀਜਨਲ ਪਾਸ਼ਾ ਸਿੱਖ ਹੀ ਲੈਂਦੇ ਮਿੰਟੂ ਜੀ ਉਹ ਲੈਂਦੇ ਹਾਂ ਜੀ ਸਿੱਖ ਲੈਂਦੇ ਉਹਨਾਂ ਚ ਕਾਬਲੀਅਤ ਹੁੰਦੀ ਆ ਕਿੰਨੀ ਵਧੀਆ ਬੋਲ ਲੈਂਦੇ ਆ ਕਈ ਤਾਂ ਪਤਾ ਹੀ ਨਹੀਂ ਲੱਗਦਾ ਕਈ ਥੋੜੇ ਚਲੋ ਸਾਊਥ ਦੇ ਜਿਹੜੇ ਹੁੰਦੇ ਆ ਉਹ ਥੋੜੇ ਜੇ ਮਤਲਬ ਕਿ ਔਖੇ ਬੋਲਦੇ ਆ ਉਚਾਰਨ ਔਖਾ ਹੁੰਦਾ ਹੈ ਕਿਉਂਕਿ ਸਾਊਥ ਦਾ ਉਚਾਰਨ ਹੋਰ ਵੱਖਰੀ ਕਿਸਮ ਦਾ ਹੈ ਤੇ ਦੂਜੀ ਗੱਲ ਇਹ ਆ ਕਿ ਕੱਲੇ ਉਹ ਨਾ ਵੇਖਿਆ ਕਰੋ ਮਹਾਰਾਸ਼ਟਰ ਦਾ ਡੀਜੀਪੀ ਰਿਹਾ ਆਪਣਾ ਸਿੱਖ ਜੀ ਪੰਜਾਬੀ ਉਹ ਨਪਲੂ ਆ ਸਹੀ ਉਹ ਨਪਲੂ ਤੇ ਬਿਹਾਰ ਦਾ ਇਸ ਵੇਲੇ ਸਭ ਤੋਂ ਕਾਬਿਲ ਅਫਸਰ ਹੈ ਨਾ ਜਿਹੜਾ ਆਈਪੀਐਸ ਹੈ ਜਿਹੜਾ ਗਿਣਿਆ ਜਾਂਦਾ ਵੈਸੇ ਤੋਂ ਉੱਥੇ ਕਈ ਹੋਰ ਹੋਣਗੇ ਉਹ ਆਪਣਾ ਸਿੱਖ ਹੈ ਮੁੰਡਾ ਨੌਜਵਾਨ ਹੈ ਤੇ ਬੋਲਣ ਲੱਗਿਆ ਕੜਾਕੇ ਕਢਨਦਾ ਉਹ ਸੋ ਇਹ ਸੈਂਟਰ ਕਾਡਰ ਹੈ ਜਿਹੜਾ ਉਹ ਫਿਰ ਇਸ ਤਰ੍ਹਾਂ ਹੀ ਹੈ ਨਾ ਜੀ ਜਿੰਨੇ ਯੂਪੀਐਸਸੀ ਕ੍ਰੈਕ ਕਰ ਲਈ ਉਹਨੂੰ ਇੰਡੀਆ 'ਚ ਕਿਤੇ ਵੀ ਕਿਤੇ ਵੀ ਤਾਇਨਾਤ ਕੀਤਾ ਜਾ ਸਕਦਾ ਤਾਂ ਅਸੀਂ ਉੱਥੋਂ ਤੱਕ ਆਪਣੇ ਬੱਚਿਆਂ ਨੂੰ ਪਹਚਾਈਏ ਤੇ ਸਹੀ ਫਿਰ ਆਪੇ ਸਾਡੀ ਸਾਡੀ ਵੀ ਭਾਸ਼ਾ ਦਾ ਪਸਾਰ ਹੋਊਗਾ ਸਾਡੇ ਵੀ ਬੰਦਿਆਂ ਨੂੰ ਉਹ ਵੇਖਣ ਕਿ ਹਾਂ ਪੰਜਾਬੀ ਆਇਆ ਕੋਈ ਸਿੱਖ ਆਇਆ ਕੋਈ ਅਸੀਂ ਤੇ ਉੱਥੋਂ ਤੱਕ ਪਹੁੰਚਾਈ ਨਹੀਂ ਰਿਹਾ ਬੱਚਿਆਂ ਨੂੰ ਸਾਡਾ ਤੇ ਰੌਲਾ ਬਸ ਆ ਇੱਥੋਂ ਤੱਕ ਹੀ ਆ ਆਮ ਆਦਮੀ ਪਾਰਟੀ ਵਾਲੇ ਐ ਕਰਦੇ ਆ ਜੀ ਉਹ ਐ ਕਰਦੇ ਹੋ ਐ ਕਰਦੇ ਅਸੀਂ ਇਧਰ ਸੋਚਦੇ ਹੀ ਨਹੀਂ ਐ ਤਾਂ ਇਹ ਇੱਕ ਬੜਾ ਗੰਭੀਰ ਮੁੱਦਾ ਹੈ ਜੀ ਹਰ ਐਜੂਕੇਸ਼ਨ ਦਾ ਤੇ ਸਾਡੇ ਇੱਥੇ ਕਲਚਰ ਜਿਹੜਾ ਹੈ ਨਾ ਉਹ ਖਤਰੇ 'ਚ ਆ ਜੀ ਮੈਂ ਇੱਕ ਪਿੰਡ ਬਾਰੇ ਪੜ੍ਹਦਾ ਪਿਆ ਸੀ ਉਹ ਪਿੰਡ ਹੀ ਸਾਰਾ ਆਈਐਸ ਅਫਸਰਾਂ ਦਾ ਹੈ ਆਈਪੀਐਸ ਅਫਸਰਾਂ ਦਾ ਜੀ ਕੀ ਕਹੋਗੇ ਤੇ ਕਿਤੇ ਇਹ ਤੇ ਹੈ ਨਹੀਂਗਾ ਕਿ ਉਹ ਉੱਥੇ ਪਹਿਲਾਂ ਮਾਹੌਲ ਸ਼ੁਰੂ ਤੋਂ ਹੀ ਆਇਆ ਆ ਸਦੀਆਂ ਤੋਂ ਚੱਲਦਾ ਆ ਕਿ ਯੂਪੀਐਸਸੀ ਕਰਦੇ ਸੀ ਸਰ ਉਹ ਬਣਾਇਆ ਗਿਆ ਹਾਂ ਕੋਟੇ ਹੀ ਫਿਕਸ ਹੋਵੇ ਵੀ ਉਹਨਾਂ ਨੇ ਬਣਾਇਆ ਗਿਆ ਹਾਂਜੀ ਰਾਜਸਥਾਨ ਦੇ ਵਿੱਚ ਮੈਂ ਇਸ ਤਰ੍ਹਾਂ ਦੀਆਂ ਬੜੀਆਂ ਕਹਾਣੀਆਂ ਪੜ੍ਹਦਾ ਰਹਿਣਾ ਮੇਰਾ ਇੰਟਰਸਟ ਹੈ ਇਹਨਾਂ ਚੀਜ਼ਾਂ 'ਤੇ ਉੱਥੇ ਇੱਕ ਇਲਾਕਾ ਹੈ ਰਾਜਸਥਾਨ ਦੇ ਵਿੱਚ ਤਾਂ ਉਹਦੇ ਚ ਕੀ ਹੈ ਕਿ ਜਿਹੜੇ ਅਫਸਰ ਬਣੇ ਆ ਉਹਨਾਂ ਨੇ ਆਪਣਾ ਗਰੁੱਪ ਤਿਆਰ ਕੀਤਾ ਹੋਇਆ ਹੈ। ਠੀਕ ਹੈ ਜੀ ਉਹ ਕੋਆਰਡੀਨੇਸ਼ਨ ਨਾਲ ਇਸ ਤਰ੍ਹਾਂ ਸਿਸਟਮ ਬਣਾ ਕੇ ਚੱਲਦੇ ਆ ਕਿ ਕਾਬਲ ਬੱਚਿਆਂ ਨੂੰ ਲੈਂਦੇ ਆ ਉਹਨਾਂ ਨੂੰ ਸਪான்ਸਰ ਕਰਦੇ ਨੇ। ਕਿਸ ਇਲਾਕੇ ਦੇ ਹੋਰ ਬੱਚੇ ਪੜ੍ਹਨ। ਸਾਡੇ ਤੇ ਕਿਤੇ ਵੀ ਇਸ ਤਰ੍ਹਾਂ ਦੀ ਕੋਈ ਮਤਲਬ ਕਿ ਅਸੀਂ ਐਨਆਰਆਈਸ ਜਿਹੜੇ ਆ ਉਹਨਾਂ ਨੂੰ ਵੀ ਪ੍ਰੇਰਿਤ ਕਰ ਸਕਦੇ ਆ। ਜਿਹੜੇ ਤਗੜੇ ਕਿ ਭਾਈ ਤੁਸੀਂ ਇਸ ਤਰ੍ਹਾਂ ਦੇ ਬੱਚਿਆਂ ਦੀ ਸਿੱਖਿਆ ਸਪான்ਸਰ ਕਰੋ। ਜੀ। ਅਸੀਂ ਇਸ ਪਾਸੇ ਸੋਚਦੇ ਹੀ ਨਹੀਂ ਸਾਡੀ ਮਤਲਬ ਕਿ ਪਤਾ ਨਹੀਂ ਉਹਨਾਂ ਕੀ ਆ ਕਿ ਹੂੰ ਸੀ ਦੌੜ ਹੀ ਜਿਹੜੀ ਆਪਦੀ ਬਦਲ ਲਈ ਆ ਬਦਲ ਲਈ ਜੇ ਆਪਣੇ ਪੀਸੀਸ ਅਫਸਰ ਉਹ ਵੀ ਦੇਖੋ ਕਿੰਨਾ ਇਸ ਤਰ੍ਹਾਂ ਦੇ ਨਾਲ ਅਫੋਰਡ ਕਰ ਬੱਚਿਆਂ ਨੂੰ ਹੈਲਪ ਕਰਦੇ ਨੇ ਬਥੇਰੇ ਬੰਦੇ ਹੁਣ ਦੇਖੀ ਤਾਂ ਕਿ ਯਾਰ ਅਸੀਂ ਵੀ ਚੰਗਾ ਪੜ੍ਹ ਲਿਖ ਲੈਂਦੇ ਅਸਲ ਦੇ ਵਿੱਚ ਟੌਰ ਮੈਂ ਤਾਂ 2-3 ਬੰਦਿਆਂ ਦੀ ਗਿਣਦਾ ਜਿਨ੍ਹਾਂ ਇੱਕ ਤਾਂ ਯੂਪੀਐਸਸੀ ਕ੍ਰੈਕ ਕਰ ਲਈ ਜਾਂ ਸੁਪਰੀਮ ਕੋਰਟ ਦਾ ਵਕੀਲ ਬਣ ਗਿਆ ਮੈਂ ਤਾਂ ਉਹ ਜਾਂ ਪਾਵਰ ਚ ਆ ਗਿਆ ਬੰਦਾ ਐਮਐਲਏ ਵੀ ਇਹ ਇਹੀ ਆ ਬਾਕੀ ਤੇ ਆਪਾਂ ਮਤਲਬ ਕਿ ਉਦਾਂ ਹੀ ਆ ਸਾਬ ਕਿਤਾਬ ਜਿਹੜਾ ਆਪਣਾ ਠੀਕ ਠਾਕ ਹੀ ਆ। ਜੀ ਕਹਿੰਦਾ ਮਤਲਬ ਇਹ ਆ ਕਿ ਯਾਰ ਇਹ ਚੀਜ਼ਾਂ ਜਿਹੜੀਆਂ ਸਾਡਾ ਕਲਚਰ ਇੱਕ ਬਣੇ ਮੈਂ ਤਾਂ ਕਹਿੰਦਾ ਜੀ ਇਸ ਤਰ੍ਹਾਂ ਦਾ ਕਲਚਰ ਬਣੇ ਕਿ ਅਸੀਂ ਵਿਦਿਆ ਬਹੁਤ ਛੋਟੀ ਦੀ ਲੈ ਕੇ ਚੱਲੀਏ ਅਗਲੀ ਪੀੜ੍ਹੀ ਤੱਕ। ਹਾਂਜੀ ਜੀ 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 ਤਾਂ ਇਸ ਤੋਂ ਬਾਅਦ ਆਪਾਂ ਅੱਗੇ ਨੂੰ ਚੱਲੀਏ ਮਿੰਟੂ ਜੀ ਆਪਾਂ ਗੱਲ ਕਰ ਰਹੇ ਸੀਗੇ ਕਿ ਭਾਈ ਇਹ ਇਧਰ ਉਧਰ ਹੀ ਹੁਲਜੇ ਪਏ ਤੇ ਇਧਰ ਉੱਪਰ ਆ ਅਮਰਵੀ ਪਾਰਟੀ ਦਾ ਕਨੇ ਕਿ ਕਾਗੂ ਆ ਜਿਹੜਾ ਉਹ ਸੱਟੇ ਬਾਜੀ ਚ ਹੀ ਫੜਿਆ ਗਿਆ ਮਿੰਟੂ ਜੀ ਕਹਿੰਦੇ ਕਿ ਵਰਲਡ ਕੱਪ ਚੱਲਦਾ ਵੀ ਲਾਲੋ ਹਤਾ ਕੀਪ ਤਾਂ ਬਣ ਜੇਗੇ ਮੋਕੀ ਉਬਸ ਜਿਵੇਂ ਉਹਨੂੰ ਮੈਥਿਊਜ਼ ਨੂੰ ਕੱਲ ਟਾਈਮ ਆਊਟ ਦੇ ਦਿੱਤਾ ਇਹਦਾ ਵੀ ਟਾਈਮ ਆਊਟ ਹੋ ਗਿਆ। ਇਹ ਕੰਟਰੀ ਆਊਟ ਹੋ ਗਿਆ ਬਾਜ। ਜੀ ਦੱਸਦੇ ਆ। ਜੀ। ਇਹ ਨਾ ਨੈਟਵਰਕ ਇਹਨਾਂ ਨੇ ਚਲਾਇਆ ਸੀ ਇੱਧਰ ਗੁਰਦਾਸਪੁਰ ਪਠਾਨਕੋਟ ਵਾਲੀ ਸਾਈਡ ਤੇ ਕਿਉਂਕਿ ਦੇਖੋ ਉੱਥੇ ਤਕਉਨੀ ਬਣ ਗਈ ਨਾ ਹਿਮਾਚਲ ਵੀ ਆ ਗਿਆ ਜੰਮੂ ਵੀ ਆ ਗਿਆ ਪੰਜਾਬ ਵੀ ਆ ਗਿਆ। ਜੀ ਇੱਧਰੋਂ ਬੜੇ ਉੱਧਰ ਉੱਧਰ ਤੇ ਖਾਸ ਕਰ ਇਹ ਜਿਹੜਾ ਹੈਗਾ ਇਹ ਕਾਉਂਸਲਰ ਆਪ। ਅੱਛਾ ਜੀ। ਮਨਿੰਦਰ ਬਾਲੀ। ਸਜਾਨਪੁਰ ਦਾ। ਅੱਛਾ। ਤੇ ਕਾਉਂਸਲ ਦੀ ਜਿਹੜੀ ਪ੍ਰਧਾਨ ਨੇ ਬੀਬੀ ਅਨੁਰਾਧਾ ਉਹਦਾ ਘਰ ਵਾਲਾ ਅੱਛਾ ਜੀ ਹਾਂਜੀ ਪੂਰੇ ਆਹ ਕੈਲੋ ਕੇ ਮਾਰ ਕੇ ਜਿਹੜੇ ਆ ਟਿਕਾਣੇ ਦੇ ਲਾਏ ਆ ਨਾ ਨੇ